हेलो, मैं मनप्रीत शर्मा अज थोड़े अगे द फैक्ट आई चैनल दे नाल हाजिर हाँ। हाँ जी, पंजाब दे विच असी पहुँचे हुए हैं डेरा सच्चा सौदा दे श्रद्धालु बाबा राम रहीम सिंह दे फॉलोअर्स नूं पुछांगे, उन्हां दे विचार लवांगे ते थोड़े नाल सांझे करांगे। असी कोई उन्हां नूं फोर्स नहीं कीता, उन्हां दे जो विचार है उन्हां तों लैके जा रहे हैं। द फैक्ट आई दे विच स्वागत है थोड़ा। हाँ जी, अज मेरे नाल हाजिर है, की नाम है जी थोड़ा? जसविंदर कौर। ਕਿੱਥੋਂ ਆਏ ਹੋ ਤੁਸੀਂ? ਅਸੀਂ ਸਹਾਰਨਾ ਪਿੰਡ ਤੋਂ ਖੇੜਾ ਬਲਾਕ ਚੋਂ ਆਏ ਹਾਂ ਜੀ। ਹਾਂਜੀ, ਡੇਰਾ ਸੱਚਾ ਸੌਦਾ ਤੇ ਤੁਹਾਡਾ ਕਿੰਨਾ ਕੁ ਵਿਸ਼ਵਾਸ ਹੈ? ਦੱਸ ਹੀ ਨਹੀਂ ਸਕਦੇ ਜੀ ਸਾਡਾ ਕਿੰਨਾ ਕੁ ਵਿਸ਼ਵਾਸ ਹੈ ਤੇ ਸਾਨੂੰ ਕੀ ਕੁਛ ਮਿਲਿਆ। ਪੂਜਨਿਕ ਪਿਤਾ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਕੋਲੋਂ ਸਾਨੂੰ ਕਿੰਨਾ ਕੁ ਕੁਛ ਮਿਲਿਆ, ਅਸੀਂ ਕੁਛ ਦੱਸ ਨਹੀਂ ਸਕਦੇ ਜੀ। ਸਾਡਾ ਬਹੁਤ ਜ਼ਿਆਦਾ ਵਿਸ਼ਵਾਸ ਹੈ ਜੀ। ਪਿਤਾ ਜੀ ਮੂਹਰੇ ਇਹੀ ਅਰਦਾਸ ਕਰਦੇ ਹਾਂ ਵੀ ਸਾਰੀਆਂ ਪੀੜ੍ਹੀਆਂ ਦਾ ਇੱਦਾਂ ਹੀ ਵਿਸ਼ਵਾਸ ਬਣਿਆ ਰਹੇ ਜੀ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਬਾਬਾ ਰਾਮ ਰਹੀਮ ਸਿੰਘ ਨੇ ਡੇਰਾ ਦੇ ਸਮਾਜ ਦੇ ਬਾਰੇ ਕੀ ਕੁਛ ਕੀਤਾ ਹੈ? ਉਹ ਵੀ ਦੱਸ ਹੀ ਨਹੀਂ ਸਕਦੇ ਜੀ ਕਿੰਨੇ ਕੁ ਸਾਨੂੰ ਪ੍ਰੇਰਨਾ ਦਿੱਤੀ ਹੈਗੀ ਵੀ ਲੋਕਾਂ ਨੂੰ ਕਿਵੇਂ ਪਾਣੀ 'ਚੋਂ ਬਚਾਉਣਾ, ਕਿਵੇਂ ਜੀ ਅੱਗ 'ਚੋਂ ਬਚਾਉਣਾ, ਕਿਵੇਂ ਗਰੀਬਾਂ ਨੂੰ ਘਰ ਬਣਾ ਕੇ ਦੇਣੇ, ਗਰੀਬ ਬੇਟੀਆਂ ਦੀਆਂ ਸ਼ਾਦੀਆਂ ਕਰਵਾਉਣੀਆਂ ਅਤੇ ਬੱਚਿਆਂ ਨੂੰ ਗਰੀਬਾਂ ਨੂੰ ਪੜ੍ਹਾਈ ਕਰਵਾਉਣੀ ਜੀ, ਰਾਸ਼ਨ ਤੱਕ ਦੇਣੇ। ਦੱਸ ਹੀ ਨਹੀਂ ਸਕਦੇ ਜੀ ਕੀ ਕੁਛ ਪਿਤਾ ਜੀ ਨੇ ਸਾਨੂੰ ਸਿਖਾਇਆ ਹੈਗਾ, ਉਹਨਾਂ ਕਿਸੇ ਦਾ ਮਾਂ ਬਾਪ ਕੋਈ ਸਿਖਾ ਨਹੀਂ ਸਕਦਾ ਜੀ। ਹਾਂਜੀ, ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਮਿਲਿਆ ਉਹਨਾਂ ਨਾਲ ਜੁੜ ਕੇ? ਸਾਨੂੰ ਤਾਂ ਜੀ ਅਸੀਂ ਦੱਸ ਨਹੀਂ ਸਕਦੇ, ਤੁਹਾਨੂੰ ਦੱਸਿਆ ਵੀ ਕੀ ਕੁਛ ਮਿਲਿਆ। ਸਾਡੇ ਬੱਚੇ ਅੱਜ ਸਹੀ ਰਸਤੇ 'ਤੇ ਚੱਲਦੇ, ਲੋਕਾਂ ਦੇ ਘਰੇ ਨਸ਼ਿਆਂ ਨਾਲ ਨਰਕ ਬਣੇ ਪਏ ਹੈ ਅਤੇ ਅਸੀਂ ਦੱਸ ਨਹੀਂ ਸਕਦੇ ਜੀ। ਸਾਡੇ ਬੱਚਿਆਂ ਨੂੰ ਸਿੱਧੇ ਰਾਹ ਪਾਇਆ, ਸਾਨੂੰ ਮਾਲਕ ਨੇ ਸਿੱਧੇ ਰਸਤੇ ਪਾਇਆ ਗਾ ਅਤੇ ਲੋਕਾਂ ਦੇ ਘਰਾਂ 'ਚ ਸਾਡੇ ਆਂਢ ਗੁਆਂਢ 'ਚ ਦੇਖਦੇ ਹਾਂ ਜੀ ਅਸੀਂ ਨਰਕ ਬਣੇ ਹੋਏ ਆ। ਸ਼ਾਮ ਨੂੰ ਰੋਟੀ ਨਹੀਂ ਕਿਸੇ ਦੇ ਘਰੇ ਪੱਕਦੀ, ਜੇ ਪੱਕ ਵੀ ਜਾਂਦੀ ਹੈ ਤਾਂ ਖਾਣ ਨਹੀਂ ਦਿੰਦੇ ਜੀ ਨਸ਼ੇ ਵਾਲੇ। ਅਤੇ ਅਸੀਂ ਜੀ ਇੱਕ ਸਰੁੱਕਦੀ ਜ਼ਿੰਦਗੀ ਜਿਉਂਦੇ ਹਾਂ ਕਿ ਮਾਲਕ ਨੇ ਸਾਨੂੰ ਬਹੁਤ ਕੁਛ ਦੇ ਰੱਖਿਆ ਗਾ। ਹਾਂਜੀ, ਸਰਕਾਰ ਨੂੰ ਤੁਹਾਡੀ ਕੀ ਅਪੀਲ ਹੋਊਗੀ ਬਾਬਾ ਰਾਮ ਰਹੀਮ ਬਾਰੇ? ਸਰਕਾਰ ਨੂੰ ਅਸੀਂ ਤਾਂ ਜੀ ਸਰਕਾਰ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਸਾਡਾ ਸੱਚ ਤਾਂ ਹਮੇਸ਼ਾ ਸੱਚ ਹੀ ਰਹਿੰਦਾ ਜੀ। ਸਰਕਾਰਾਂ ਕਿੰਨਾ ਵੀ ਜ਼ੋਰ ਲਾ ਲੈਣ ਅਤੇ ਸਾਡਾ ਸਤਿਗੁਰ ਸੱਚਾ ਹੈ, ਸਾਨੂੰ ਪੂਜਨਕ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ 'ਤੇ ਪੂਰਾ ਦੜ ਵਿਸ਼ਵਾਸ ਹੈ ਜੀ ਸਾਡਾ ਸਤਿਗੁਰ ਸੱਚਾ, ਅਤੇ ਇੱਕ ਦਿਨ ਸੱਚ ਸਾਹਮਣੇ ਹਮੇਸ਼ਾ ਆ ਹੀ ਜਾਊਗਾ। ਹਾਂਜੀ, ਧੰਨਵਾਦ ਸਾਡੇ ਨਾਲ ਇਹ ਸੀਗੇ। ਹਾਂਜੀ, ਇਹਨਾਂ ਨੇ ਦੱਸਿਆ ਕਿ ਸਮਾਜ ਦੇ ਵਿੱਚ ਕਿੰਨਾ ਜ਼ਿਆਦਾ ਨਸ਼ਾ ਹੋ ਚੁੱਕਿਆ ਹੈ, ਨਸ਼ਾ ਤੋਂ ਦੂਰ ਕਰਨ ਦੇ ਲਈ ਬਾਬਾ ਰਾਮ ਰਹੀਮ ਸਿੰਘ ਜੀ ਇਹਨਾਂ ਨੂੰ ਪ੍ਰੇਰਿਤ ਕਰਦੇ ਸੀਗੇ।